ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ। ਸਮਰਾਲਾ 24 ਮਈ ਕੁਝ ਦਿਨ ਪਹਿਲਾਂ 20 ਸਾਲਾ ਇੱਕ ਮੰਦਬੁੱਧੀ ਲੜਕੀ ਨਾਲ ਹੋਏ ਰੇਪ ਦੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਹਲੇ ਤੱਕ ਗ੍ਰਿਫਤਾਰ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਸੋਮਵਾਰ ਨੂੰ ਪਿੰਡ ਦੇ ਲੋਕ ਅਤੇ ਜਥੇਬੰਦੀਆਂ ਵੱਲੋਂ ਥਾਣਾ ਸਮਰਾਲਾ ਅੱਗੇ ਖੂਬ ਹੰਗਾਮਾ ਕੀਤਾ ਗਿਆ। ਇਹ ਲੋਕ ਇਨਸਾਫ ਦੀ ਮੰਗ ਕਰਦੇ ਹੋਏ ਲੜਕੀ ਨਾਲ ਰੇਪ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਮੰਗ ਰਹੇ ਸਨ। ਇਸ ਹੰਗਾਮੇ ਮਗਰੋਂ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਸ਼ਹਿਰ ਦੇ ਮੇਨ ਚੌਂਕ ਵਿੱਚ ਪਹੁੰਚ ਕੇ ਲੁਧਿਆਣਾ ਚੰਡੀਗੜ੍ਹ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਹੈ। ਧਰਨਾ ਲਗਾ ਰਹੇ ਲੋਕਾਂ ਨੇ ਪੁਲਿਸ ਤੇ ਕਥਿਤ ਦੋਸ਼ੀਆਂ ਦੀ ਮਦਦ ਕਰਨ ਦਾ ਦੋਸ਼ ਲਾਉਂਦੇ ਹੋਏ ਧਰਨੇ ਤੇ ਬੈਠੇ ਰਹੇ। ਸਮਰਾਲਾ ਤੋਂ ਲਖਵਿੰਦਰ ਸਿੰਘ ਦੀ ਖਾਸ ਰਿਪੋਰਟ। ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਹਨਾਂ ਦੀ ਮੰਗ ਜਾਇਜ਼ ਹੈ ਕਿਉਂਕਿ ਜਦੋਂ ਅਜਿਹੀ ਇੱਕ ਘਟਨਾ ਹੁੰਦੀ ਆ ਸਾਨੂੰ ਪ੍ਰਸ਼ਾਸਨ ਨੂੰ ਤਾਂ ਪਹਿਲਾਂ ਇਹ ਚਾਹੀਦਾ ਵੀ ਉਹਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਤਾਂ ਕਿ ਜਿਹੜੇ ਇਹੋ ਜਿਹੇ ਅਨਸਰ ਨੇ ਉਹਨਾਂ 'ਤੇ ਕਾਬੂ ਪਾਇਆ ਜਾ ਸਕੇ ਅਤੇ ਅਜਿਹੀ ਘਟਨਾ ਨਾ ਵਾਪਰੇ। ਇੱਕ ਬਹੁਤ ਸ਼ਰਮਸਾਰ ਗੱਲ ਆ ਵੀ 5 ਦਿਨਾਂ ਬਾਅਦ FIR ਦਰਜ ਹੁੰਦੀ ਆ, ਹਜੇ ਤੱਕ ਕੋਈ ਅਰੈਸਟ ਨਹੀਂ ਕੀਤੀ ਗਈ ਅਤੇ ਲੋਕਾਂ ਨੂੰ ਆਪਣੇ ਹੱਕਾਂ ਲਈ, ਬੁਨਿਆਦੀ ਹੱਕਾਂ ਦੇ ਲਈ ਸੜਕਾਂ ਬੰਦ ਕਰਨੀਆਂ ਪੈ ਰਹੀਆਂ ਨੇ। ਇਹ ਮੰਦਭਾਗੀ ਗੱਲ ਆ। ਹੁਣ ਇਹ ਹਫ਼ਤੇ ਦਾ ਟਾਈਮ ਦੇ ਰਹੇ ਨੇ ਪਰ ਹਜੇ ਕਮੇਟੀ ਸਾਰੀ ਸਲਾਹ ਕਰੂਗੀ ਵੀ ਕਿਵੇਂ ਕਰਨਾ, ਕਿਉਂਕਿ ਆਲਰੇਡੀ ਇਹਨਾਂ ਨੇ 5 ਦਿਨ ਤਾਂ FIR ਦਰਜ ਕਰਨ ਨੂੰ ਲਾਤੇ ਨੇ, ਜਿਹੜੀ ਕਿ ਸੁਪਰੀਮ ਕੋਰਟ ਦੀ ਗਾਈਡਲਾਈਨ ਆ 24 ਘੰਟੇ 'ਚ ਹੋਣੀ ਚਾਹੀਦੀ ਆ। ਤੋ ਮੈਂ ਤਾਂ ਆਪਣੇ ਵੱਲੋਂ ਇਹ ਵੀ ਡਿਮਾਂਡ ਕਰਦਾ ਵੀ ਜਿਹੜੇ ਅਫਸਰ ਇਹਨਾਂ ਨੇ ਕੁਤਾਹੀ ਵਰਤੀ ਉਹਨਾਂ 'ਤੇ ਵੀ ਬਣਦੀ ਢੁਕਵੀਂ ਕਾਰਵਾਈ ਕਰਕੇ ਉਹਨਾਂ ਦੀ ਸਸਪੈਂਸ਼ਨ ਹੋਣੀ ਚਾਹੀਦੀ ਆ, ਕਿਉਂਕਿ ਅਜਿਹੇ ਤਰੀਕੇ ਨਾਲ ਜਿਹੜੇ ਇਹ ਅਨਸਰ ਇਹੋ ਜਿਹੇ ਗਲਤ ਸਮਾਜ ਦੇ ਅਨਸਰ ਨੇ ਉਹ ਉਹਨਾਂ ਨੂੰ ਹੌਸਲਾ ਮਿਲਦਾ, ਉਹਨਾਂ ਨੂੰ ਸਮਾਂ ਮਿਲਦਾ ਕਿ ਉਹ ਇਹੋ ਜਿਹੀਆਂ ਗਲਤ ਹਰਕਤਾਂ ਕਰਕੇ ਤਾਂ ਬਚ ਕੇ ਨਿਕਲ ਜਾਂਦੇ ਨੇ ਅਤੇ ਫਿਰ ਬੜੇ ਢੰਗ ਤਰੀਕੇ ਬਣਾਉਂਦੇ ਨੇ। ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਕਰੋ, ਕਿਉਂਕਿ ਇਹ ਲੋਕ ਰੋਸਾ ਜਿਹੜਾ ਹੋ ਰਿਹਾ ਇਹ ਵਧੂਗਾ। ਮੰਗਾਂ ਕਿਹੜੀਆਂ ਕਿਹੜੀਆਂ ਨੇ ਜੀ? ਮੰਗਾਂ ਇਹਨਾਂ ਦੀਆਂ ਨੇ ਵੀ, ਇੱਕ ਇਹਨਾਂ ਨੇ ਕਿਹਾ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਪਹਿਲਾਂ 24 ਘੰਟੇ ਦੀ ਗੱਲ ਕਰਦੇ ਸੀ, ਸਰਕਾਰ ਨੇ ਪ੍ਰਸ਼ਾਸਨ ਨੇ ਕਿਹਾ ਵੀ 7 ਦਿਨਾਂ ਦਾ ਸਾਨੂੰ ਟਾਈਮ ਦਿਓ, ਸਾਨੂੰ ਟੈਕਨੀਕਲੀ ਹੈਂਡਲ ਕਰਨਾ ਪੈਂਦਾ। ਇੱਕ ਲੋਕਾਂ 'ਚ ਇਹ ਵੀ ਰੋਸਾ ਬਹੁਤ ਆ ਵੀ ਜਿਹੜੀ ਇਹ ਉਹਨਾਂ ਦਾ ਮੈਡੀਕਲ ਰਿਪੋਰਟ ਬੱਚੀ ਸਾਡੀ ਦੀ 24 ਘੰਟੇ ਅੰਦਰ ਹੋਣੀ ਚਾਹੀਦੀ ਸੀ, ਉਹਨੂੰ ਇਹਨਾਂ ਨੇ 5ਵੇਂ ਦਿਨ ਤੱਕ ਜਾ ਕੇ ਲੈ ਕੇ, ਉਹ ਵੀ ਇਹਨਾਂ ਨੂੰ ਸਾਰੇ ਪਿੰਡ ਨੂੰ ਇਕੱਠਾ ਹੋ ਕੇ ਥਾਣੇ ਜਾਣਾ ਪਿਆ ਤਾਂ FIR ਦਰਜ ਹੋਈ ਆ। DSP ਸਾਹਿਬ ਆਏ ਸੀ, ਉਹਨਾਂ ਨੇ ਤੁਹਾਨੂੰ ਕੀ ਭਰੋਸਾ ਦਿੱਤਾ ਜੀ? DSP ਸਾਹਿਬ ਨੇ ਹਫ਼ਤੇ ਦਾ ਟਾਈਮ ਮੰਗਿਆ ਵੀ ਸਾਨੂੰ ਹਫ਼ਤੇ ਦਾ ਟਾਈਮ ਦਿੱਤਾ ਜਾਵੇ ਤਾਂ ਕਿ ਅਸੀਂ ਉਹਦੇ ਅੰਦਰ ਇਹਦੀ ਜੋ ਬਣਦੀ ਕਾਰਵਾਈ ਆ ਟੈਕਨੀਕਲ ਐਂਗਲ ਦੇਖਦੇ ਹੋਏ ਕਰੀ ਜਾਵੇ। ਪਰ ਇਸ ਟਾਈਮ ਇਮੋਸ਼ਨਸ ਲੋਕਾਂ ਦੇ ਇੰਨੇ ਜ਼ਿਆਦਾ ਹਾਵੀ ਹੋਏ ਹੋਏ ਨੇ, ਕਿਉਂਕਿ ਇਹ ਇੱਕ ਬਹੁਤ ਮਾੜੀ ਗੱਲ ਆ ਵੀ ਕਿਸੇ ਬੱਚੀ ਨੇ ਇਹੋ ਜਿਹਾ ਕੰਮ ਹੋਣਾ, ਉਹਦੀ ਸਾਰੀ ਜ਼ਿੰਦਗੀ ਖਰਾਬ ਇਸ ਚੀਜ਼ਾਂ ਹੋ ਜਾਂਦੀ ਆ। ਸੋ ਇਸ ਲਈ ਇਮੋਸ਼ਨਸ ਕਰਕੇ ਜੇ ਸਾਰੀ ਜਿਵੇਂ ਬਾਕੀ ਕਮੇਟੀ ਸਲਾਹ ਕਰੂਗੀ ਉਵੇਂ ਹੀ ਫੈਸਲਾ ਕੀਤਾ ਜੀ। ਤੁਸੀਂ ਪੀੜਤ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲੇ ਹੋ ਜੀ, ਉਹਨਾਂ ਨਾਲ ਵੀ ਤੁਹਾਡੇ ਨਾਲ ਗੱਲਬਾਤ ਹੋਈ ਆ, ਉਹਨਾਂ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਜੀ? ਉਹਨਾਂ ਨੇ ਇਹੀ ਕਿਹਾ ਗਿਆ ਵੀ ਸਾਨੂੰ ਤਾਂ ਨਿਆਂ ਚਾਹੀਦਾ, ਇਨਸਾਫ ਚਾਹੀਦਾ, ਜਲਦ ਤੋਂ ਜਲਦ ਬੰਦੇ ਅਰੈਸਟ ਚਾਹੀਦੇ ਨੇ, ਕਿਉਂਕਿ ਜੋ ਇਹ 'ਚ ਵਾਕਿਆ ਹੋ ਗਿਆ ਇਹ ਆਪਣੇ ਵਿੱਚੋਂ ਹੀ ਅਨਸਰ ਨੇ ਜਿਹੜੇ ਗਲਤ ਅਨਸਰ ਹੁੰਦੇ ਆ, ਉਹਨਾਂ ਨੂੰ ਜਲਦ ਜਗ ਜ਼ਾਹਰ ਕਰਕੇ ਅਤੇ ਉਹਨਾਂ ਦੇ ਨਾਲ ਇਨਸਾਫ, ਉਹ ਵੀ ਪ੍ਰਾਇਓਰਟੀ ਦੇ ਆਧਾਰ 'ਤੇ ਹੋਣਾ ਚਾਹੀਦਾ। ਲੋਕਾਂ ਨੂੰ ਆਪਣੇ ਹੱਕਾਂ ਲਈ ਆਏ ਨਹੀਂ ਹੋਣਾ ਚਾਹੀਦਾ, ਵਿਚਾਰੇ ਇੱਕ ਤਾਂ ਦੁਖੀ ਨੇ ਉਹਨਾਂ ਨਾਲ ਕੀ ਹੋਇਆ, ਦੂਸਰਾ ਇਨਸਾਫ ਲਈ ਉਹ ਦਰ ਬਦਰ ਭਟਕਦੇ ਫਿਰਦੇ ਨੇ, ਬਹੁਤ ਮੰਦੀ ਗੱਲ। ਸਾਡਾ ਇਹ ਤਕਰੀਬਨ 12-13 ਤਰੀਕ ਦਾ ਵਾ, ਇਹ ਬੱਚੀ ਨਾਲ ਜਬਰ ਜਨਾਹ ਹੋਇਆ ਸੀ ਪਿੰਡ ਰੋਲਿਆਂ ਦੀ ਨਾਲ, ਅਤੇ ਉਹਦੇ ਸੰਬੰਧੀ ਅਸੀਂ ਜਿਹੜੇ ਆਪਣੀ ਐਪਲੀਕੇਸ਼ਨ ਸੀਗੀ ਦਰਖਾਸਤ ਉਹਨਾਂ ਦੇ ਮਾਪਿਆਂ ਵੱਲੋਂ 15 ਤਰੀਕ ਨੂੰ ਥਾਣੇ ਵਿੱਚ ਦਿੱਤੀ ਗਈ, ਜਿਹ 'ਤੇ 4 ਦਿਨ ਕੋਈ ਵੀ ਯਾਨੀ ਕਿ ਕਾਰਵਾਈ ਨਹੀਂ ਹੋਈ, ਜਦਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਹਦਾਇਤਾਂ ਨੇ ਵੀ 24 ਘੰਟੇ ਦੇ ਵਿੱਚ ਬੱਚੀ ਜੋ ਵੀ ਕੋਈ ਪੀੜਤ ਆ ਉਹਦੀ ਡਾਕਟਰੀ ਹੋਣੀ ਚਾਹੀਦੀ ਆ, ਅਤੇ ਜੋ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਅਰੈਸਟ ਕਰਨਾ ਚਾਹੀਦਾ, ਬਾਕੀ ਜੋ ਤਪਤੀਸ ਆ ਉਹ ਬਾਅਦ 'ਚ ਹੋਣੀ ਚਾਹੀਦੀ ਆ। ਪਰ ਸਮਰਾਲਾ ਪ੍ਰਸ਼ਾਸਨ ਨੇ, ਚਾਹੇ ਆਪਣਾ ਆਪਾਂ SHO ਨੂੰ ਲਾ ਲਈਏ ਚਾਹੇ ਉੱਪਰ ਅਫਸਰ ਨੇ, ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਸਾਨੂੰ। 4 ਦਿਨ ਸੰਘਰਸ਼ ਕਰਨ ਤੋਂ ਬਾਅਦ 18 ਤਰੀਕ ਸ਼ਾਮ ਨੂੰ FIR 9 ਵਜੇ ਦਰਜ ਹੁੰਦੀ ਆ, ਉਦੋਂ ਬਾਅਦ ਸਾਡੇ ਜ਼ੋਰ ਪਾਉਣ 'ਤੇ ਹੀ ਡਾਕਟਰੀ ਹੁੰਦੀ ਆ, ਜਦਕਿ ਇਹ ਸਾਰਾ ਪ੍ਰਸ਼ਾਸਨ ਨੇ ਆਪ ਜ਼ਿੰਮੇਵਾਰੀ ਬਣਦੀ ਆ ਕਰਾਉਣ ਦੀ। ਅਸੀਂ ਪਹਿਲਾਂ ਇੱਥੇ 'ਚ ਹੋਈ ਆਪਣੀ ਡਾਕਟਰੀ, ਫਿਰ ਲੁਧਿਆਣੇ ਕਰਾਈ, ਉਦੋਂ ਬਾਅਦ ਮੈਡਮ ਦੇ ਬਿਆਨ ਹੋਏ ਨੇ, ਬਿਆਨ ਸਾਡੇ ਹੋਣ ਤੋਂ ਬਾਅਦ 19 ਤਰੀਕ ਤੋਂ ਇਹਨਾਂ ਨੇ ਹੁਣ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਪਾਈ, ਬਲਕਿ ਜਿਹੜੇ ਉਹ ਦੋਸ਼ੀ ਨੇ ਪਰਿਵਾਰ ਦੇ ਉੱਤੇ ਦਬਾਅ ਬਣਾ ਰਹੇ ਨੇ ਵੀ ਤੁਸੀਂ ਸਾਡੇ ਨਾਲ ਫੈਸਲਾ ਕਰੋ। ਸਰ ਜੇ ਸਰਕਾਰ ਆਪਣੇ ਪੰਜਾਬ ਦੇ ਜਿਵੇਂ ਵਿੱਚ ਚਾਹੁੰਦੀ ਆ, ਅਮਨ ਚੈਨ ਚਾਹੁੰਦੀ ਆ, ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਸੀ ਜੋ ਜਿਹੜੇ ਗਰੀਬ ਆਮ ਲੋਕ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ। ਪਰ ਇਨਸਾਫ ਲੈਣ ਨੂੰ ਸਾਨੂੰ ਅੱਜ ਇੱਥੇ ਚੌਂਕ ਦੇ ਵਿੱਚ ਧਰਨਾ ਲਾਉਣਾ ਪਿਆ ਵਾ, ਅਸੀਂ ਧੁੱਪੇ ਬੈਠੇ ਆ ਕੋਈ ਗੱਲ ਨਹੀਂ, ਪਰ ਅਸੀਂ ਜਿਹੜੀ ਬੱਚੀ ਆ ਇਹਨੂੰ ਇਨਸਾਫ ਦਵਾ ਕੇ ਰਹਾਂਗੇ, ਚਾਹੇ ਸਾਨੂੰ ਇੱਥੇ 10 ਦਿਨ ਬੈਠਣਾ ਪਵੇ। 15 ਸਾਲ ਦੀ ਬੱਚੀ ਹੈ ਇਹਦੀ, ਤਕਰੀਬਨ ਉਮਰ 18 ਤੋਂ 19 ਸਾਲ ਦੀ ਉਮਰ ਆ, ਇਹ ਮਨ ਬੁੱਧੀ ਆ, ਜ਼ਿਆਦਾ ਇਹ ਸੋਝੀ ਵਾਲੀ ਨਹੀਂ ਹੈਗੀ। ਇਹਦੀ ਰਿਸ਼ਤੇਦਾਰ ਸੀਗੀ, ਇਹਨੂੰ ਧੋਖੇ ਨਾ ਕਹਿ ਕੇ ਮੈਂ ਬਿਮਾਰ ਆ ਇਹਨੂੰ ਕਹਿ ਕੇ ਆਪਣੇ ਲੈ ਗਈ ਉੱਥੇ ਘਰ, ਅਤੇ ਉੱਥੇ ਕਿਸੇ ਆਪਣੇ ਦੋਸਤ ਤੋਂ ਉਹਨੇ ਜਿਹਦੇ ਨਾਲ ਉਹਦੇ ਰਿਲੇਸ਼ਨ ਸੀਗੇ ਉਹ ਤੋਂ ਇਹਦੇ ਨਾਲ ਇਹਨੇ ਬੱਚੀ ਦਾ ਬਲਾਤਕਾਰ ਕਰ ਦਿੱਤਾ। ਸਾਨੂੰ ਡਿਪਟੀ ਸਾਹਿਬ ਆਏ ਸੀ ਬਲਵਿੰਦਰ ਸਿੰਘ, ਹਾਂਜੀ,
उन्होंने गल करी है वो सानू देनी बहुत कहने से कहने 15 दिन का सानू समा दो असी नहीं दे सकते क्योंकि लोगों के बीच बहुत रोस आ असी इन्हों रोक के रखा हुआ इन्होंने बहुत ज़्यादा गुस्सा वा हूँ इस तो अगला स्टैप की होएगा देखो जी इस आम जनता भी कष्ट हों जो रोकया गया सवेर तो लैके शाम तक देखो जी असी जिहड़े खड़े आ अज बैठे आ आम लोगों लई हुई आ जे अज लोग साडे नाल खड़नगे कल किसी ना भी किसी भी धी भैन भी यह जहाँ कुछ हो सकता की पता कल सानू हाईवे जाम करना पै जाए कोई पता नहीं है असी पर पिछे हटने वाले नहीं असी जब तक ये बच्ची नूं इंसाफ नहीं मिलेगा असी इस तरह धरना लावांगे शायद सानू इत्थे टेंट भी लाने पैण जिवें असी दिल्ली बैठे हाँ क्योंकि साडे लई कोई नवीं गल नहीं हैगी असी 6 महीने के उत्ते बैठे इत्थे भी बैठांगे कोई बड़ी गल नहीं इत्थे लंगर चला लैणा असी टेंट लावांगे इत्थे अपना जब तक धरना यह खत्म किया जाऊ के रात नहीं 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 धरना यह निर्विघन चलूगा जी जब तक ये दोषियों को अरैसट नहीं करूगी सरकार सिमरजीत सिंह जी केड़ा पिंड रोले जी की घटना सी जी घटना है अपने पिंड की बच्ची नाल जी रेप होया सी उहदे अकॉर्डिंग असी उरे धरना लाया साडी कोई सुनवाई नहीं हुई यह 15 तरीक का होया होया तो 18 तरीक न रात को 9 बजे परचा होया सी उदों बाद असी आप मूहरे हो गए जी उरे मैडिकल कराया सरकारी हॉस्पिटल च उदों बाद दूसरे दिन लुधियाने जाके भी कराया उदों बाद भी हजे तक उन्होंने अरैसट नहीं किया गया खुलेआम घूम रहे हैं उपर जी परिवार से दबाव पा रहे हैं कदे किसी तो फोन करा के कदे किसी तो फोन करा के असी सवेर के उरे बैठे धरना लाइन धुप्पा च कोई नहीं पहला तो 2-2.5 घंटे सानू किसी ने नहीं पूछया फिर डिप्टी साहब मिलन आए सानू उन्होंने गलबात हुई वो थोड़ा जि टाइम ज़्यादा कह रहे थे असी सारे गल की कहते भी नहीं इन्ना टाइम नहीं क्योंकि पहले ही उन्होंने बहुत टाइम दे चुके 10-15 दिन हो चुके हैं जी असी चाहते हैं भी छेती छेती वो बंदे अरैसट किए जाने तो बच्ची इंसाफ मिले क्योंकि हम बहुत ज़्यादा दबाव पा रहे हैं कदे किसी तो फोन करा रहे हैं कदे किसी तो परिवार से धरना चौंक कितने लाया गया चौंक के बचाले लाया गया जी चुके ये उदो जो इंसाफ मिलू कोई साढ़े आके गल करू सू भरोसा दवाऊ भी हाँ असं इन्ने टाइम से अरैसट करते हैं उदो असी धरना चकेंगे नहीं साडा धरना एक ने रहूगा असं समान लिया रहे हैं उरे प्रशादा बाणी तैयार कर लगे हैं टेंट भी लावांगे चलो जो मेरे नोटिस आया था FIR तो असं उसे लॉन्च कराती थी बाकी मैं देख रहा इन्होंने वालों यह कहा गया भी हाँ भी SHO ने कोई मुलाजम वालों डिले किया गया वो भी असं चेक करा इंक्वायरी करा प्रॉपर वो बाकी दोषी की असं टीम बना के शुरू किया रेड तो उन जल्द तो जल्द पहुंचा जाऊगा जो मतलब बनती कार्रवाई हर किसी की जाऊगी किसी भी दोषी को 1% भी नहीं बख्शा जाऊगा सर जो हम धरना चुका गया की आश्वासन दिता गया जी आश्वासन हुई है जी हाँ जी जो भी कार्रवाई होगी मैरिट्स से होगी तो जल्द तो जल्द होगी कितने दिन का सर वो ये हफ्ते का टाइम इन्होंने जो क्या भी सू संडे तक का सू टाइम दो उस तो पहले जो भी बनती इन्होंने जो दोषी है इन्होंने असं अपना गिरफ्तार किया जाऊगा।